ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਿਪਟੀ ਕਮਿਸ਼ਨਰ SSP CJM ਅਤੇ 70 ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ADC ਦੀ ਅਗਵਾਈ ਵਿੱਚ ਭਾਰੀ ਪੁਲਿਸ ਬਲ ਦੇ ਨਾਲ ਜ਼ਿਲ੍ਹਾ ਜੇਲ੍ਹ ਰੂਪਨਗਰ ਦੀ ਅਚਾਨਕ ਚੈਕਿੰਗ ਜੋ ਕਿ ਗੁਪਤ ਰੱਖ ਕੇ ਕੀਤੀ ਗਈ। ਇਸ ਜਾਂਚ ਦੇ ਦੌਰਾਨ ਅਲੱਗ ਅਲੱਗ ਟੀਮਾਂ ਬਣ ਕੇ ਜੇਲ੍ਹ ਦੀ ਸਾਰੀ ਬੈਰੀਕਾਂ, ਹਸਪਤਾਲ, ਔਰਤਾਂ ਦੀ ਬੈਰਕ ਅਤੇ ਕੈਦੀਆਂ ਨੂੰ ਰੱਖਣ ਦੇ ਲਈ ਬਣਾਈ ਗਈ ਚੌਂਕੀਆਂ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ। ਐਕਚੁਅਲੀ ਸਾਨੂੰ ਗ੍ਰਹਿ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਆਏ ਸੀਗੇ ਕਿ ਇਸ ਤਰ੍ਹਾਂ ਜੇਲ੍ਹ ਦੀ ਕੀਤੀ ਜਾਵੇ, ਤਲਾਸ਼ੀ ਲਈ ਜਾਵੇ, ਇੰਸਪੈਕਸ਼ਨ ਕੀਤੀ ਜਾਵੇ, ਜਿਸ ਦੇ ਅੰਤਰਗਤ ਅਸੀਂ ਅੱਜ ਮਤਲਬ ਜੇਲ੍ਹ ਦੀ ਬਹੁਤ ਜੁਆਇੰਟ ਇੱਕ ਸਰਚ ਓਪਰੇਸ਼ਨ ਚਲਾਇਆ, ਜਿਸ ਦੇ ਵਿੱਚ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ, DC ਸਾਹਿਬ, SSP ਸਾਹਿਬ ਰੂਪਨਗਰ, ਅਸੀਂ ਪੁਲਿਸ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਜੇਲ੍ਹ ਦੀ ਬਹੁਤ ਡੂੰਘਾਈ ਨਾਲ ਛਾਣਬੀਨ ਕੀਤੀ ਅਤੇ ਉੱਥੋਂ ਦਾ ਰਿਕਾਰਡ ਵੀ ਬਚਿਆ। ਸਪੈਸ਼ਲੀ ਅਸੀਂ ਜੇਲ੍ਹ ਦੇ ਬਣੇ ਜਿਹੜਾ ਹੋਸਪਿਟਲ ਹੈ ਉਸ ਦੇ ਵਿੱਚ ਅਸੀਂ ਰਿਕਾਰਡ ਚੈੱਕ ਕੀਤਾ ਕਿ ਉਸ ਦੇ ਵਿੱਚ ਕਿੰਨੇ ਬੰਦੇ ਹਨ ਅਤੇ ਉਹ ਕਿਹੜੀਆਂ ਬਿਮਾਰੀਆਂ ਤੋਂ ਪੀੜਿਤ ਹਨ ਅਤੇ ਕਿੰਨੇ ਸਮੇਂ ਤੋਂ ਜੇਲ੍ਹ ਦੇ ਵਿੱਚ ਹੋਸਪਿਟਲ ਦੇ ਵਿੱਚ ਰਹਿ ਰਹੇ ਹਨ ਅਤੇ ਕਿਉਂ ਰਹਿ ਰਹੇ ਹਨ। ਇਸ ਤੋਂ ਇਲਾਵਾ ਅਸੀਂ ਉੱਥੇ ਬੰਦੀਆਂ ਦਾ ਖਾਣਾ ਵੀ ਚੈੱਕ ਕੀਤਾ ਗਿਆ ਕਿ ਖਾਣਾ ਕਿਹੜਾ ਦਿੱਤਾ ਗਿਆ, ਉਹਨਾਂ ਨੂੰ ਅੱਛਾ ਖਾਣਾ ਦਿੱਤਾ ਜਾ ਰਿਹਾ ਕਿ ਨਹੀਂ ਦਿੱਤਾ ਜਾ ਰਿਹਾ। ਅਸੀਂ ਲੀਗਲ ਏਡ ਕਲੀਨਿਕ ਦੀ ਵੀ ਚੈਕਿੰਗ ਕੀਤੀ, ਲੀਗਲ ਏਡ ਕਲੀਨਿਕ ਦੇ ਵਿੱਚ ਅਸੀਂ ਇਹ ਸਾਰਾ ਰਿਕਾਰਡ ਚੈੱਕ ਕੀਤਾ ਵੀ ਕੋਈ ਵੀ ਬੰਦੀ ਜੋ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ ਕਿ ਉਹ ਤੋਂ ਵਾਂਝਾ ਨਾ ਰਹਿ ਜਾਵੇ। ਅਤੇ ਭਵਿੱਖ ਵਿੱਚ ਵੀ ਅਸੀਂ ਮਤਲਬ ਇਹੋ ਜਿਹੇ ਸਰਚ ਓਪਰੇਸ਼ਨ ਅਤੇ ਜੇਲ੍ਹ ਦੀ ਇੰਸਪੈਕਸ਼ਨ ਜਾਰੀ ਰੱਖਾਂਗੇ ਤਾਂ ਜੋ ਸਿਸਟਮ ਨੂੰ ਚੁਸਤ ਦਰੁਸਤ ਰੱਖਿਆ ਜਾਵੇ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।